ਵੀ ਡੀਸੀ ਦਾ ਹੁਕਮ ਹੈ ਵੀ ਨਗਰ ਕੀਰਤਨ ਬੰਦ ਕੀਤਾ ਜਾਵੇ। ਜੇ ਕਿਤੇ ਨਗਰ ਕੀਰਤਨ ਕੱਢਿਆ ਗਿਆ ਤੇ ਅੱਜ ਰਾਤ ਨੂੰ ਬਾਬਾ ਚੁੱਕਿਆ ਜਾਵੇਗਾ। ਜਦੋਂ ਸੰਤ ਬਾਬਾ ਕਰਤਾਰ ਸਿੰਘ ਦੇ ਕੋਲ ਗਏ ਤੇ ਮਰਦ ਨੇ ਪਤਾ ਗਾੜੀਓਂ ਕੀ ਆਖਿਆ, ਉਹਨੇ ਆਖਿਆ ਅਸੀਂ ਨਗਰ ਕੀਰਤਨ ਕੱਢਾਂਗੇ, ਤੁਸੀਂ ਡੱਕਣਾ ਹੋਇਆ ਡੱਕ ਲਿਓ, ਨਾਲੇ ਵੇਖਾਂਗਾ ਕੌਣ ਡੱਕਦਾ। ਬਾਬਾ ਕਰਤਾਰ ਸਿੰਘ ਚੌਂਕੜਾ ਮਾਰ ਕੇ ਬੈਠੇ ਨੇ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੂੰ ਆਵਾਜ਼ ਮਾਰੀ, ਜਾ ਜਸਵੰਤ ਸਿੰਘਾ ਆਪਣੇ ਪਿੰਡ ਭੂਰੇ ਕੋਨੇ ਚਲਿਆ ਜਾ, ਬੱਸ ਲੈ ਜਾ ਤੇ ਜਾ ਕੇ ਮੇਰਾ ਪਿੰਡ ਵਾਲਿਆਂ ਨੂੰ ਸੁਣਾ ਦੇ, ਜਿਹਦੇ ਕੋਲ ਲਾਇਸੈਂਸੀ ਹਥਿਆਰ ਨੇ ਉਹ ਖਬਰ ਮਿਲਦਿਆਂ ਸਾਰ ਇੱਕ ਘੰਟੇ ਵਿੱਚ ਇਕੱਠੇ ਹੋ ਜਾਣ, ਬੱਸ ਤੇ ਚੜ੍ਹ ਕੇ ਤੇ ਗੁਰਦਾਸਪੁਰ ਆ ਜਾਣ। ਦਿਨ ਦੇ ਚੜ੍ਹਾਅ ਦੇ ਨਾਲ ਜਦੋਂ ਸੰਤਾਂ ਨੇ ਨਗਰ ਕੀਰਤਨ ਆਰੰਭ ਕੀਤਾ, ਡੀਸੀ ਭਾਰੀ ਫੋਰਸ ਲੈ ਕਰਕੇ ਗਿਆ। ਬਾਬੇ ਕਰਤਾਰ ਸਿੰਘ ਨੇ ਮਰਦਾਂ ਨੂੰ ਆਖਿਆ, ਮਰਦੋ ਮੈਂ ਬਵਾਂਗਾ ਮਿੰਨੀ ਬੱਸ ਦੇ ਵਿੱਚ, ਜਿਸ ਬੱਸ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਾਰਾ ਹੋਵੇਗਾ, ਤੁਸੀਂ ਰਫਲਾਂ ਲੈ ਕਰਕੇ ਤੇ ਪਿੱਛੇ ਜੀਪ ਵਿੱਚ ਬਹਿ ਜਿਓ, ਜੇ ਕਿਤੇ 19-21 ਹੋਈ ਤੇ ਤੋਤੇ ਡਾ ਦਿਓ ਤੋਤੇ, ਮੇਰੇ ਇਸ਼ਾਰੇ ਵੱਲ ਨਾ ਤੱਕਿਓ। ਜਦੋਂ ਇੰਨੀ ਗੱਲ ਡੀਸੀ ਨੂੰ ਪਤਾ ਲੱਗੀ, ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਜੀ ਤੁਸੀਂ ਤਾਂ ਗੁੱਸਾ ਕਰ ਗਏ ਹੋ।